ਹਾਂਜੀ ਸਟੂਡੈਂਟਸ, ਵੈਲਕਮ ਕਰਦੇ ਹਾਂ ਤੁਹਾਡਾ ਤੂਰ ਸਟੱਡੀ ਕਲਾਸ ਯੂਟਿਊਬ ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਸਟੂਡੈਂਟਸ ਦੇ ਲਈ ਆਪ ਬੀਤੀਆਂ, ਜਿਹੜੀ ਪੰਜਾਬੀ ਇਲੈਕਟਿਵ ਦੇ ਵਿੱਚ ਆਪ ਬੀਤੀਆਂ ਤੁਹਾਡੀ ਪੁਸਤਕ ਹੈ, ਇਸ ਦੇ ਵਿੱਚੋਂ ਜਿਹੜਾ ਚੈਪਟਰ ਲੈ ਕੇ ਆਇਆ 6th। ਪਹਿਲਾਂ ਆਪਾਂ 5th ਚੈਪਟਰ ਜਿਹੜੇ ਆਲਰੇਡੀ ਜਿਹੜੇ ਆਪ ਬੀਤੀਆਂ ਵਾਲੇ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਤੁਹਾਡੇ ਜਿਹੜੇ ਪਾਠ ਪੁਸਤਕ ਦੇ ਵਿੱਚ ਕੁਸ਼ਚਨ ਆਨਸਰ ਨੇ ਆਪਾਂ ਵੈਰੀ ਸ਼ੋਰਟ ਐਂਡ ਜਿਹੜੇ ਲੌਂਗ ਕੁਸ਼ਚਨ ਉਹ ਕੀਤੇ ਨੇ। ਸੋ ਇਹੀ ਹੁਣ ਆਪਾਂ 6th ਚੈਪਟਰ ਦੇ ਕਰਾਂਗੇ। 6th ਚੈਪਟਰ ਹੈਗਾ ਅਪਵਿੱਤੀਆਂ ਦੇ ਵਿੱਚ ਤੁਹਾਡਾ ਸਭ ਦਾ ਪਿਆਰਾ ਸ਼ਿੰਬਾ, ਠੀਕ ਹੈ। ਸ਼ਿੰਬਾ ਇੱਕ ਡੋਗ ਦਾ ਨੇਮ ਹੈ। ਖੁਸ਼ਵੰਤ ਸਿੰਘ ਦੀ ਇਹ ਜਿਹੜੀ ਸਵੈ ਜੀਵਨੀ ਆ ਮੌਜ ਮੇਲਾ, ਠੀਕ ਹੈ, ਮੌਜ ਮੇਲਾ ਇਸ ਦੇ ਵਿੱਚੋਂ ਲਿਆ ਗਿਆ ਸਵੈ ਜੀਵਨੀ ਅੰਸ਼ ਹੈ। ਹਾਂਜੀ, ਪਹਿਲਾਂ ਆਪਾਂ ਇਹਦੇ ਜਿਹੜੇ ਓਬਜੈਕਟਿਵ ਟਾਈਪ ਸ਼ੋਰਟ ਕੁਸ਼ਚਨ ਕਰਾਂਗੇ, ਫਿਰ ਆਪਾਂ ਲੌਂਗ ਕਰਾਂਗੇ। ਹਾਂਜੀ, ਤੁਹਾਡੀ ਪੁਸਤਕ ਦੇ ਵਿੱਚ ਦਰਜ ਸਭ ਦਾ ਪਿਆਰਾ ਸਿੰਬਾ ਸਵੈ ਜੀਵਨੀ ਅੰਸ਼ ਦਾ ਲੇਖਕ ਕੌਣ? ਤਾਂ ਸਵੈ ਜੀਵਨੀ ਅੰਸ਼ ਦਾ ਲੇਖਕ ਕੌਣ ਆ? ਖੁਸ਼ਵੰਤ ਸਿੰਘ ਹੈ। ਸੈਕਿੰਡ ਹੈਗਾ, ਜਦੋਂ ਲੇਖਕ ਦਿੱਲੀ ਵਾਪਸ ਆਇਆ ਉਦੋਂ ਸ਼ਿੰਬਾ ਦੀ ਉਮਰ ਕਿੰਨੀ ਸੀ? ਤਾਂ 1 ਮਹੀਨੇ ਦੀ ਸੀ। ਥਰਡ ਕੁਸ਼ਚਨ ਹੈ, ਸ਼ਿੰਬਾ ਜਰਮਨ ਸ਼ੈਫਰਡ ਕੁੱਤਾ ਸੀ, ਸਹੀ ਜਾਂ ਗਲਤ? ਤਾਂ ਇਹ ਸਹੀ ਹੈ, ਸ਼ਿੰਬਾ ਜਿਹੜੀ ਕਿ ਜਰਮਨ ਸ਼ੈਫਰਡ ਡੋਗ ਸੀ। ਫੋਰਥ ਹੈਗਾ, ਲੇਖਕ ਦੀ ਬੇਟੀ ਨੇ ਸ਼ਿੰਬਾ ਨੂੰ ਦਿੱਲੀ ਤੋਂ ਖਰੀਦਿਆ ਸੀ, ਸਹੀ ਜਾਂ ਗਲਤ? ਤਾਂ ਗਲਤ, ਦਿੱਲੀ ਤੋਂ ਨਹੀਂ ਖਰੀਦਿਆ ਸੀ। 5th ਹੈਗਾ, ਸ਼ਿੰਬਾ ਮਨੁੱਖਾਂ ਨੂੰ ਸਮਝਣ ਵਾਲਾ ਕੁੱਤਾ ਸੀ, ਇਸ ਕਰਕੇ ਉਹ ਲੇਖਕ ਦੀਆਂ ਡੈਸ਼ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੁੰਦਾ ਸੀ। ਤਾਂ ਆਨਸਰ ਇਹਦੇ ਵਿੱਚ ਫੀਲਿੰਗ ਦਾ ਬਲੈਂਕਸ ਆਊਗਾ, ਖੁਸ਼ੀਆਂ ਅਤੇ ਗਮੀਆਂ ਵਿੱਚ। 6th ਹੈ, ਡੈਸ਼ ਵਿੱਚ ਰਹਿੰਦੇ ਲੇਖਕ ਨੇ ਸ਼ਿੰਬਾ ਨਾਂ ਦੀ ਬਿੱਲੀ ਰੱਖੀ ਹੋਈ ਸੀ ਪੈਰਿਸ ਦੇ ਵਿੱਚ। ਅੱਗੇ ਹਾਂਜੀ, ਟਿੱਕ ਦਾ ਆਪਸ਼ਨ ਕਰਨਾ ਆਪਣੇ, ਟਿੱਕ ਦਾ ਕਰੈਕਟ। ਲੇਖਕ ਦੇ ਰੋਕਣ ਦੇ ਬਾਵਜੂਦ ਸ਼ਿੰਬਾ ਮਾਰਨ ਤੋਂ ਨਹੀਂ ਸੀ ਹਟਦਾ, ਕੀ ਨਹੀਂ ਸੀ ਮਾਰਨ ਤੋਂ ਹਟਦਾ? ਗਿਲਹਰੀਆਂ ਨੂੰ, ਠੀਕ ਹੈ, ਗਿਲਹਰੀਆਂ ਨੂੰ। ਅੱਗੇ ਹਾਂਜੀ, ਅੱਗੇ ਤੁਹਾਡੇ ਜਿਹੜੇ ਕਿ ਕੁਸ਼ਚਨ ਸ਼ੁਰੂ ਹੋ ਗਏ ਲੌਂਗ। ਹਾਂਜੀ, ਫਸਟ ਕੁਸ਼ਚਨ ਹੈ ਵੀ ਜਦੋਂ ਲੇਖਕ ਅਤੇ ਉਸਦਾ ਪਰਿਵਾਰ ਰੋਣ ਦਾ ਬਹਾਨਾ ਕਰਦੇ ਤਾਂ ਸ਼ਿੰਬੇ ਦੀ ਕੀ ਪ੍ਰਤੀਕਿਰਿਆ ਹੁੰਦੀ ਸੀ? ਤਾਂ ਸ਼ਿੰਬਾ ਅੱਗੇ ਤੋਂ ਕਿਵੇਂ ਜਿਹੜੇ ਕਿ ਆਪਣਾ ਰਿਐਕਸ਼ਨ ਕਰਦਾ ਸੀ? ਤਾਂ ਆਨਸਰ ਆ, ਜਦੋਂ ਲੇਖਕ ਅਤੇ ਉਸਦਾ ਪਰਿਵਾਰ ਰੋਣ ਦਾ ਬਹਾਨਾ ਕਰਦੇ ਸੀ, ਠੀਕ ਹੈ, ਤਾਂ ਸ਼ਿੰਬਾ ਉਹਨਾਂ ਦੇ ਕੰਨਾਂ ਨੂੰ, ਠੀਕ ਹੈ, ਈਅਰਸ ਨੂੰ ਸੁੱਗਦਾ, ਠੀਕ ਹੈ, ਅਤੇ ਆਪ ਵੀ ਰੋਣ ਦੇ ਵਿੱਚ ਸ਼ਾਮਿਲ ਹੋ ਜਾਂਦਾ। ਸੈਕਿੰਡ ਹੈ, ਲੇਖਕ ਦੀ ਧੀ ਸੀ, ਖੁਸ਼ਵੰਤ ਸਿੰਘ ਦੀ ਧੀ ਸੀ, ਉਹਦਾ ਨਾਂ ਸੀ ਮਾਲਾ, ਅਤੇ ਮਾਲਾ ਦੀ ਇੱਕ ਆਇਆ ਰੱਖੀ ਹੋਈ ਸੀ, ਆਇਆ ਮਤਲਬ ਕਿ ਜਿਹੜੀ ਉਹਦੀ ਦੇਖਭਾਲ ਕਰਦੀ ਸੀ। ਉਹਦੇ ਨਾਲ ਸਿੰਬੇ ਦਾ ਰਿਸ਼ਤਾ ਵਿਸ਼ੇਸ਼ ਰਿਸ਼ਤਾ ਸੀ, ਦੱਸਣ ਆਪਾਂ ਨੂੰ ਕਿਵੇਂ? ਹਾਂਜੀ, ਮਾਲਾ ਜਿਹੜੀ ਲੇਖਕ ਦੀ ਧੀ ਸੀ, ਉਹਦੀ ਇੱਕ ਆਇਆ ਰੱਖੀ ਹੋਈ ਸੀ, ਉਹਦੀ ਦੇਖਭਾਲ ਕਰਨ ਲਈ ਬੁੱਢੀ ਆਇਆ, ਉਹਦੇ ਨਾਲ ਸ਼ਿੰਬੇ ਦਾ ਰਿਸ਼ਤਾ ਬਣ ਗਿਆ ਸੀ ਵਧੀਆ, ਅਤੇ ਉਹ ਉਸਨੂੰ ਵੇ ਸ਼ਾਂਬਿਆ ਕਹਿ ਕੇ ਬੁਲਾਉਂਦੀ ਅਤੇ ਦਰਵਾਜ਼ਾ ਖੋਲ੍ਹ ਦਿੰਦੀ ਸੀ, ਤਾਂ ਜੋ ਉਹ ਜਿਹੜੇ ਕਿ ਆਪਣਾ ਵੀ ਮਲ ਮੂਤਰ ਕਰਨ ਲਈ ਬਾਹਰ ਬਾਗ ਦੇ ਵਿੱਚ ਚਲਾ ਜਾਵੇ ਡੋਗ। ਜਦ ਮਾਲਾ ਦੀ ਆਇਆ ਲਾਗਲੇ ਨੇੜੇ ਗੁਰਦੁਆਰੇ ਦੇ ਵਿੱਚ ਮੱਥਾ ਟੇਕਣ ਜਾਂਦੀ ਤਾਂ ਸ਼ਿੰਬਾ ਬਾਹਰ ਬੈਠ ਕੇ ਉਹਦੀਆਂ ਜੁੱਤੀਆਂ ਦੀ ਰਾਖੀ ਕਰਦਾ ਸੀ, ਅਤੇ ਜਿਉਂ ਹੀ ਸਵੇਰ ਦਾ ਕੀਰਤਨ ਖਤਮ ਹੋਣ ਲੱਗਦਾ ਤਾਂ ਸ਼ਿੰਬਾ ਆਇਆ ਦੀ ਜਿਹੜੇ ਜੁੱਤੀਆਂ ਦਾ ਇੱਕ ਪੈਰ ਮੂੰਹ ਦੇ ਵਿੱਚ ਫੜੀ, ਠੀਕ ਹੈ, ਜੁੱਤੀਆਂ ਦੇ ਇੱਕ ਪੈਰ ਮੂੰਹ ਦੇ ਵਿੱਚ ਫੜੀ, ਘਰ ਵੱਲ ਭੱਜਦਾ ਅਤੇ ਘਰ ਆ ਕੇ ਇਸ ਨੂੰ ਮੰਜੇ ਹੇਠਾਂ ਲੁਕੋ ਦਿੰਦਾ, ਮਤਲਬ ਕਿ ਚੌੜਾਂ ਕਰਦਾ ਸੀ। ਤਾਂ ਜਿੰਨਾ ਚਿਰ ਆਇਆ ਆਪਣੀ ਜੁੱਤੀ ਲੱਭਦੀ, ਸ਼ਿੰਬਾ ਉਹਦੇ ਮਗਰ ਮਗਰ ਕਮਰਿਆਂ ਦੇ ਵਿੱਚ ਫਿਰਦਾ ਰਹਿੰਦਾ, ਮਤਲਬ ਕਿ ਉਹਦੇ ਨਾਲ ਮਜ਼ਾਕ ਕਰਦਾ ਸੀ ਉਹਦੀ ਚੱਪਲ ਲੁਕੋ ਕੇ। ਅੱਗੇ ਹੈਗਾ ਕੁਸ਼ਚਨ, ਇਸ ਤਰ੍ਹਾਂ ਲੇਖਕ ਦੀ ਧੀ ਮਾਲਾ ਦੀ ਆਇਆ ਨਾਲ ਸ਼ਿੰਬੇ ਦਾ ਵਿਸ਼ੇਸ਼ ਰਿਸ਼ਤਾ ਸੀ। ਥਰਡ ਕੁਸ਼ਚਨ ਹੈ, ਸ਼ਿੰਬਾ ਲੇਖਕ ਨੂੰ ਸ਼ਾਮ ਦੀ ਸੈਰ 'ਤੇ ਲਿਜਾਣ ਲਈ ਕਿਹੋ ਜਿਹੀਆਂ ਹਰਕਤਾਂ ਕਰਦਾ ਸੀ? ਵੀ ਉਹਨੂੰ ਸੈਰ ਕਰਨ ਉਹਨੂੰ ਲੈ ਕੇ ਜਾਇਆ ਜਾਵੇ ਤਾਂ ਉਹ ਕਿਵੇਂ ਦੀ ਹਰਕਤਾਂ ਕਰਦਾ ਸੀ? ਤਾਂ ਸ਼ਾਮ ਦੀ ਸੈਰ 'ਤੇ ਜਾਣ ਲਈ ਸ਼ਿੰਬਾ ਹਮੇਸ਼ਾ ਕਾਲਾ ਪੈਂਦਾ ਸੀ,
ਤਾਂ ਉਹ ਆਪਣਾ ਸਿਰ ਲੇਖਕ ਦੀ ਗੋਦੀ ਦੇ ਵਿੱਚ ਰੱਖਦਾ ਤਾਂ ਨਜ਼ਰਾਂ ਦੇ ਵਿੱਚ ਬੇਨਤੀ ਕਰਕੇ ਲੇਖਕ ਦੇ ਵੱਲ ਤੱਕਦਾ, ਭਾਵ ਕਿ ਉਹ ਲੇਖਕ ਦੇ ਵੱਲ ਦੇਖਦਾ ਰਹਿੰਦਾ, ਮਤਲਬ ਕਿ ਇੱਕ ਆਈਜ਼ ਕੰਟੈਕਟ ਕਰਕੇ ਉਹ ਦੱਸਦਾ ਸੀ ਕਿ ਵੀ ਉਹਨੂੰ ਬੇਨਤੀ ਕਰਦਾ ਸੀ ਕਿ ਮੈਨੂੰ ਸੈਰ ਕਰਨ ਲਈ ਲੈ ਕੇ ਜਾਇਆ ਜਾਵੇ। ਫਿਰ ਉਹਦੀ ਅੱਖਾਂ ਪੁੱਛ ਰਹੀਆਂ ਹੁੰਦੀਆਂ ਕਿ ਅਜੇ ਸੈਰ 'ਤੇ ਜਾਣ ਦਾ ਸਮਾਂ ਨਹੀਂ ਹੋਇਆ, ਮਤਲਬ ਕਿ ਲੇਖਕ ਦੇ ਵੱਲ ਉਹ ਐਵੇਂ ਅੱਖਾਂ ਕਰਕੇ ਦੇਖਦਾ ਸੀ, ਉਹਨੂੰ ਪੁੱਛਦਾ ਸੀ ਡੌਗ ਵੀ ਹਜੇ ਕਿ ਸੈਰ 'ਤੇ ਜਾਣ ਦਾ ਸਮਾਂ ਨਹੀਂ ਹੋਇਆ, ਤਾਂ ਲੇਖਕ ਨਾਂ ਦੇ ਵਿੱਚ ਜਵਾਬ ਦਿੰਦਾ। ਫਿਰ ਸਿੰਬਾ ਆਪਣੀ ਸੰਗਲੀ ਚੁੱਕ ਕੇ ਲਿਆਉਂਦਾ ਅਤੇ ਲੇਖਕ ਦੇ ਪੈਰਾਂ ਵਿੱਚ ਰੱਖ ਦਿੰਦਾ। ਇਸ ਤਰ੍ਹਾਂ ਉਹ ਹੁਣੇ ਚੱਲਣ ਦਾ ਇਸ਼ਾਰਾ ਕਰਦਾ, ਮਤਲਬ ਕਿ ਹੁਣੇ ਜਾਇਆ ਜਾਵੇ। ਲੇਖਕ ਉਸ ਨੂੰ ਕਾਹਲ ਨਾ ਪੈਣ ਲਈ ਕਹਿੰਦਾ, ਪਰ ਸਿੰਬਾ ਲੇਖਕ ਦੀ ਸੋਟੀ ਲੈ ਕੇ ਆਉਂਦਾ ਅਤੇ ਉਹ ਕਿਤਾਬ ਉੱਪਰ ਸੁੱਟ ਦਿੰਦਾ, ਮਤਲਬ ਕਿ ਜਿਹੜੀ ਲੇਖਕ ਪੜ੍ਹ ਰਹੇ ਹੁੰਦੇ ਸੀ, ਠੀਕ ਹੈ, ਉਹਦੇ 'ਤੇ ਸੁੱਟ ਦਿੰਦਾ ਸੀ। ਇਸ ਤਰ੍ਹਾਂ ਉਹ ਲੇਖਕ ਨੂੰ ਸੈਰ 'ਤੇ ਜਾਣ ਲਈ ਕਹਿੰਦਾ ਸੀ। ਫੋਰਥ ਕੁਸ਼ਚਨ ਹੈ, ਲੋਕ ਸਿੰਬਾ ਤੋਂ ਕਿਉਂ ਡਰਦੇ ਸਨ? ਹਾਂਜੀ, ਕਿਉਂ ਡਰਦੇ ਸੀ ਡੌਗ ਤੋਂ? ਲੋਕ ਆ ਜਿਹੜੇ ਕਿ ਸਿੰਬਾ ਤੋਂ ਬਹੁਤ ਡਰਦੇ ਸੀ। ਇੱਕ ਵਾਰ ਕਿਸੇ ਸਾਈਕਲ ਸਵਾਰ ਨੇ ਲੇਖਕ ਦੀ ਬੇਟੀ ਦੀ ਪਿੱਠ 'ਤੇ ਹੱਥ ਮਾਰਿਆ ਤਾਂ ਲੇਖਕ ਦੀ ਪਤਨੀ ਦੇ ਸਿੰਬੇ ਨੂੰ ਉਸਨੂੰ ਫੜਨ ਲਈ ਕਹਿਣ 'ਤੇ ਸਿੰਬੇ ਨੂੰ ਉਸਦਾ ਪਿੱਛਾ ਕੀਤਾ, ਮਤਲਬ ਕਿ ਫਿਰ ਲੇਖਕ ਦੀ ਪਤਨੀ ਨੇ ਕਿਹਾ ਕਿ ਉਹਨੂੰ ਡੌਗ ਨੂੰ ਵੀ ਉਹਨੂੰ ਫੜਿਆ ਜਾਵੇ ਪਿੱਠ, ਤਾਂ ਡੌਗ ਨੇ ਉਹਦਾ ਪਿੱਛਾ ਕੀਤਾ ਅਤੇ ਉਹਨੂੰ ਸਾਈਕਲ ਤੋਂ ਹੇਠਾਂ ਡੇਗਤਾ ਅਤੇ ਉਸ 'ਤੇ ਖੜ੍ਹਾ ਹੋ ਗਿਆ, ਖੜ੍ਹਾ ਰਿਹਾ। ਇੱਕ ਵਾਰ ਲੇਖਕ ਨੇ ਫਿਰ ਕਿਸੇ ਕੁੜੀ ਦੀ ਮਦਦ ਲਈ ਆਵਾਜ਼ ਸੁਣੀ, ਦੋ ਨੌਜਵਾਨ ਮੁੰਡੇ ਉਸ ਕੁੜੀ ਨੂੰ ਛੇੜ ਰਹੇ ਸੀ ਤਾਂ ਲੇਖਕ ਦੇ ਕਹਿਣ 'ਤੇ ਸਿੰਬਾ ਉਹਨਾਂ ਦੇ ਮਗਰ ਦੌੜ ਗਿਆ ਅਤੇ ਇੱਕ ਨੂੰ ਜ਼ਮੀਨ 'ਤੇ ਸੁੱਟ ਲਿਆ ਉਹਨੇ, ਤਾਂ ਲੇਖਕ ਨੇ ਉਸਦੇ ਮੂੰਹ 'ਤੇ ਚਪੇੜਾਂ ਮਾਰੀਆਂ ਉਸ ਮੁੰਡਿਆਂ ਦੇ ਅਤੇ ਉਸਨੂੰ ਗਾਲਾਂ ਵੀ ਕੱਢੀਆਂ। ਫਿਰ ਉਸਨੇ ਮਾਫ਼ੀ ਮੰਗੀ ਅਤੇ ਸਹੁੰ ਖਾਧੀ ਕਿ ਉਹ ਅੱਗੇ ਤੋਂ ਕਿਸੇ ਔਰਤ ਨੂੰ ਨਹੀਂ ਛੇੜੇਗਾ। ਅਜਿਹਾ ਸਿੰਬੇ ਦੇ ਕਰਕੇ ਹੀ ਹੋਇਆ। ਇਸ ਤਰ੍ਹਾਂ ਲੋਕ ਆ ਜਿਹੜੇ ਕਿ ਸਿੰਬੇ ਤੋਂ ਡਰਦੇ ਸੀ। ਅੱਗੇ ਹੈਗਾ ਫਿਫਥ, ਲੇਖਕ ਸਿੰਬਾ ਨੂੰ ਆਪਣਾ ਸਭ ਤੋਂ ਵਧੀਆ ਦੋਸਤ ਕਿਉਂ ਕਹਿੰਦਾ? ਹਾਂਜੀ, ਸਿੰਬੇ ਨੇ ਲੇਖਕ ਨੂੰ ਆਪਣਾ ਮਾਲਕ ਮੰਨਿਆ ਹੋਇਆ ਸੀ ਤਾਂ ਉਸਦੀਆਂ ਖੁਸ਼ੀਆਂ ਅਤੇ ਗਮੀਆਂ ਦੇ ਵਿੱਚ ਸ਼ਾਮਿਲ ਹੁੰਦਾ ਸੀ। ਰਾਤ ਨੂੰ ਉਹ ਲੇਖਕ ਦੇ ਬਿਸਤਰੇ 'ਤੇ ਆ ਕੇ ਪੈ ਜਾਂਦਾ ਅਤੇ ਸ਼ਾਮ ਦੀ ਸੈਰ ਕਰਨ ਲੇਖਕ ਦੇ ਨਾਲ ਜਾਂਦਾ ਸੀ ਅਤੇ ਆਪਣੀਆਂ ਹਰਕਤਾਂ ਨਾਲ ਉਹ ਆਪਣੇ ਦਿਲ ਦੀ ਗੱਲ ਲੇਖਕ ਨੂੰ ਦੱਸ ਦਿੰਦਾ ਸੀ ਅਤੇ ਲੇਖਕ ਉਸਦੀ ਗੱਲ ਸਮਝ ਵੀ ਜਾਂਦਾ ਸੀ ਅਤੇ ਰਾਤ ਦੇ ਖਾਣੇ ਤੋਂ ਬਾਅਦ ਸੈਰ 'ਤੇ ਵੀ ਉਹ ਲੇਖਕ ਦੇ ਨਾਲ ਜਾਂਦਾ ਸੀ ਅਤੇ ਸਿੰਬਾ ਮੁਸ਼ਕਿਲ ਵੇਲੇ ਜਦੋਂ ਕੋਈ ਵੀ ਪ੍ਰੋਬਲਮ ਆਉਂਦੀ ਸੀ, ਮੁਸ਼ਕਿਲ ਟਾਈਮ ਆਉਂਦਾ ਸੀ ਤਾਂ ਲੇਖਕ ਅਤੇ ਉਸਦੇ ਪਰਿਵਾਰ ਦਾ ਉਹ ਸਾਥ ਦਿੰਦਾ ਸੀ ਅਤੇ ਲੇਖਕ ਦੀ ਬੇਟੀ ਦੀ ਪਿੱਠ 'ਤੇ ਹੱਥ ਮਾਰਨ ਵਾਲੇ ਸਾਈਕਲ ਸਵਾਰ ਨੂੰ ਵੀ ਸਿੰਬੇ ਨੇ ਹੀ ਸਾਈਕਲ ਤੋਂ ਹੇਠਾਂ ਸੁੱਟਿਆ ਸੀ ਅਤੇ ਇੱਕ ਕੁੜੀ ਨੂੰ ਛੇੜਨ ਵਾਲੇ ਦੋ ਜਿਹੜੇ ਨੌਜਵਾਨਾਂ ਦੇ ਵਿੱਚੋਂ ਇੱਕ ਨੂੰ ਉਹਨੇ ਜ਼ਮੀਨ 'ਤੇ ਸੁੱਟਿਆ ਸੀ ਅਤੇ ਪਹਾੜਾਂ 'ਤੇ ਜਾਣ ਸਮੇਂ ਲੇਖਕ ਸਿੰਬੇ ਨੂੰ ਨਾਲ ਲੈ ਕੇ ਜਾਂਦਾ ਸੀ ਅਤੇ ਇੱਕ ਵਾਰੀ ਕੁਛ ਮਹੀਨਿਆਂ ਲਈ ਬਾਹਰ ਜਾਣ ਕਾਰਨ ਸਿੰਬੇ ਨੂੰ ਪ੍ਰੇਮ ਕਿਰਪਾਲ ਦੇ ਕੋਲ ਛੱਡ ਦਿੱਤਾ ਸੀ ਤਾਂ ਲੇਖਕ ਨੇ ਜਿਸ ਸ਼ਾਮ ਦਿੱਲੀ ਪਰਤਣਾ ਸੀ ਉਸ ਤੋਂ ਇੱਕ ਸ਼ਾਮ ਪਹਿਲਾਂ ਹੀ ਉਹ ਸਿੰਬਾ ਪੈਦਲ ਚੱਲ ਕੇ ਘਰ ਪਹੁੰਚ ਗਿਆ ਸੀ। ਠੀਕ ਹੈ, ਉਸ ਤੋਂ ਇੱਕ ਸ਼ਾਮ ਪਹਿਲਾਂ ਹੀ ਸਿੰਬਾ ਪੈਦਲ ਚੱਲ ਕੇ ਘਰ ਪਹੁੰਚ ਗਿਆ ਸੀ ਅਤੇ ਇਸ ਤਰ੍ਹਾਂ ਸਿੰਬਾ ਅਕਸਰ ਲੇਖਕ ਦੇ ਨਾਲ ਹੀ ਰਹਿੰਦਾ ਅਤੇ ਉਹ ਮਤਲਬ ਕਿ ਉਹਦੇ ਦੋਸਤ ਦੇ ਘਰ ਛੱਡਿਆ ਸੀ, ਜਦੋਂ ਉਹਨੂੰ ਪਤਾ ਲੱਗਿਆ ਕਿ ਉਹਦਾ ਮਾਲਕ ਘਰ ਆ ਗਿਆ ਤਾਂ ਉਹ ਪੈਦਲ ਤੁਰਕੀ ਆ ਗਿਆ ਤਾਂ ਉਹ ਲੇਖਕ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਿਆ ਸੀ। ਤਾਂ ਲੇਖਕ ਕਹਿੰਦਾ ਕਿ ਜੇਕਰ ਉਸਨੇ ਨੇੜਲੀਆਂ ਦੋਸਤੀਆਂ ਦੀ ਗੱਲ ਕਰਨੀ ਹੋਵੇ ਤਾਂ ਸਿੰਬੇ ਨੂੰ ਆਪਣੀ ਸੂਚੀ ਦੇ ਵਿੱਚ ਸਭ ਤੋਂ ਪਹਿਲਾਂ ਸ਼ਾਮਿਲ ਕਰੂਗਾ। ਸਿੰਬੇ ਦੀ ਮੌਤ ਤੋਂ ਬਾਅਦ ਲੇਖਕ ਨੇ ਕੋਈ ਹੋਰ ਕੁੱਤਾ ਨਹੀਂ ਸੀ ਰੱਖਿਆ। ਲੇਖਕ ਦਾ ਖਿਆਲ ਸੀ ਕਿ ਦੋਸਤ ਬਦਲੇ ਨਹੀਂ ਜਾ ਸਕਦੇ ਅਤੇ ਇਹਨਾਂ ਸਾਰੇ ਕਾਰਨਾਂ ਕਰਕੇ ਆਪਾਂ ਕਹਿ ਸਕਦੇ ਕਿ ਉਹ ਸਭ ਤੋਂ ਵਧੀਆ ਦੋਸਤ ਸੀ। ਹਾਂਜੀ, ਅੱਗੇ ਸਿਕਸਥ ਕੁਸ਼ਚਨ, ਸਿੰਬਾ ਦੀ ਜ਼ਿੰਦਗੀ ਦੇ ਅੰਤਲੇ ਦਿਨਾਂ ਬਾਰੇ ਨੋਟ ਲਿਖਣਾ। ਹਾਂਜੀ, ਸਿੰਬਾ ਹੌਲੀ ਹੌਲੀ ਬਜ਼ੁਰਗ ਹੋ ਗਿਆ ਤਾਂ ਉਹਦੀ ਅੱਖਾਂ ਵਿੱਚੋਂ ਮੋਤੀਆ ਉੱਤਰ ਗਿਆ ਅਤੇ ਕਿਤੇ ਕਿਤੇ ਉਹਨੂੰ ਬੁਖਾਰ ਹੋ ਜਾਂਦਾ ਸੀ ਕਦੇ ਕਦੇ, ਤਾਂ ਉਹਦੀ ਉਮਰ 13 ਸਾਲ ਤੋਂ ਵੱਧ ਹੋ ਗਈ ਸੀ। ਤਾਂ ਜਦ ਲੇਖਕ ਨੂੰ ਸਵਾਰ ਮੋਰ ਕਾਲਜ ਦੇ ਵਿੱਚ 3 ਮਹੀਨੇ ਲਈ ਪੜ੍ਹਾਉਣ ਦਾ ਕੰਮ ਮਿਲਿਆ ਤਾਂ ਸਿੰਬੇ ਨੂੰ ਮਾਲਾ, ਜਿਹੜੀ ਲੇਖਕ ਦੀ ਧੀ ਸੀ, ਉਹਦੇ ਕੋਲ ਛੱਡਤਾ। ਤਾਂ ਮਾਲਾ ਨੂੰ ਸਿੰਬੇ ਨੂੰ ਰੋਜ਼ ਡਾਕਟਰ ਕੋਲ ਲੈ ਜਾਣਾ ਪੈਂਦਾ ਸੀ ਪਰ ਉਹਦੀ ਹਾਲਤ ਦੇ ਵਿੱਚ ਕੋਈ ਵੀ ਇੰਪਰੂਵਮੈਂਟ ਨਾ ਹੋਈ।
ਤਾਂ ਉਸਦੀਆਂ ਲੱਤਾਂ ਕਮਜ਼ੋਰ ਹੋਣ ਲੱਗੀਆਂ ਅਤੇ ਇੱਕ ਦਿਨ ਮਾਲਾ ਦੀ ਤਾਰ ਆਈ, ਮਤਲਬ ਕਿ ਚਿੱਠੀ ਦਿੱਤੀ ਉਹਨੇ ਆਪਣੇ ਫਾਦਰ ਨੂੰ, ਤੁਰੰਤ ਪਰਤੋ, ਸ਼ਿੰਬਾ ਬਹੁਤ ਬਿਮਾਰ ਹੈ। ਤਾਂ ਅਗਲੇ ਦਿਨ ਹੀ ਸ਼ਿੰਬੇ ਦੇ ਚੱਲ ਵਸਣ ਦੀ ਤਾਰ ਆਈ ਲੇਖਕ ਦੇ ਕੋਲ, ਤਾਰ ਮਤਲਬ ਕਿ ਚਿੱਠੀ। ਤਾਂ ਲੱਗਦਾ ਸੀ ਕਿ ਜਾਨਵਰਾਂ ਦੇ ਡਾਕਟਰ ਨੇ ਕਿਹਾ ਸੀ ਕਿ ਸ਼ਿੰਬਾ ਬਹੁਤ ਹੀ ਦੇਰ ਜੀ ਨਹੀਂ ਸਕੇਗਾ। ਮਾਲਾ ਦੀਆਂ ਆਗਿਆ ਨਾਲ ਡਾਕਟਰ ਨੇ ਸ਼ਿੰਬੇ ਦੇ ਕੋਈ ਜ਼ਹਿਰੀਲਾ ਟੀਕਾ ਲਾ ਦਿੱਤਾ ਸੀ ਅਤੇ ਉਸਦੀ ਸ਼ਾਂਤੀ ਨਾਲ ਮੌਤ ਹੋ ਗਈ ਸੀ। ਅੱਗੇ ਹੈਗਾ 7th ਕੁਸ਼ਚਨ, ਬਹੁਤ ਸਾਰੇ ਕੁੱਤਿਆਂ ਵਿੱਚ ਸ਼ੇਮੀ ਸੂਝ ਹੁੰਦੀ ਹੈ। ਸਾਡੇ ਸ਼ਿੰਬੇ ਵਿੱਚ 7ਵੀਂ ਅਤੇ 8ਵੀਂ ਵੀ ਸੀ, ਤਾਂ ਇਹ ਕਥਨ ਸਾਬਤ ਕਰਨ ਲਈ ਲੇਖਕ ਨੇ ਕਿਹੜੀ ਘਟਨਾ ਦਾ ਜ਼ਿਕਰ ਕੀਤਾ? ਹਾਂਜੀ, ਲੇਖਕ ਦੱਸਦਾ ਕਿ ਬਹੁਤੇ ਕੁੱਤਿਆਂ ਦੇ ਵਿੱਚ 6ਵੀਂ, ਮਤਲਬ ਕਿ ਜਿਵੇਂ ਆਪਣੇ 5 ਸੈਂਸ ਔਰਗਨ ਹੁੰਦੇ ਨੇ, ਮਤਲਬ ਕਿ ਉਹਨਾਂ ਦੇ ਵਿੱਚ 6 ਹੁੰਦੇ ਨੇ, ਬਟ ਲੇਖਕ ਕੀ ਕਹਿੰਦਾ ਕਿ ਸ਼ਿੰਬੇ ਦੇ ਵਿੱਚ 7ਵੀਂ 8ਵੀਂ ਸੂਝ ਵੀ ਸੀ। ਇਸ ਸੰਬੰਧ ਦੇ ਵਿੱਚ ਲੇਖਕ ਨੇ ਇੱਕ ਘਟਨਾ ਦਾ ਜ਼ਿਕਰ ਕਰਦੇ ਨੇ। ਤਾਂ ਇੱਕ ਵਾਰ ਲੇਖਕ ਅਤੇ ਉਸਦੀ ਪਤਨੀ ਨੇ ਕੁਛ ਮਹੀਨਿਆਂ ਲਈ ਬਾਹਰ ਜਾਣਾ ਸੀ, ਉਹਨਾਂ ਸ਼ਿੰਬੇ ਨੂੰ ਪ੍ਰੇਮ ਕਿਰਪਾਲ ਕੋਲ ਛੱਡਤਾ ਅਤੇ ਦੋਹਾਂ ਦੀ ਆਪਸ ਦੇ ਵਿੱਚ ਬਹੁਤ ਦੋਸਤੀ ਸੀ, ਪਰ ਸ਼ਿੰਬੇ ਨੂੰ ਪ੍ਰੇਮ ਕੋਲ ਛੱਡਿਆ ਜਾਣਾ ਪਸੰਦ ਨਹੀਂ ਆਇਆ। ਜਦ ਲੇਖਕ ਦੀ ਪਤਨੀ ਉਸ ਤੋਂ ਪਹਿਲਾਂ ਦਿੱਲੀ ਪਰਤੀ ਤਾਂ ਉਹ ਸ਼ਿੰਬੇ ਨੂੰ ਲੈਣ ਗਈ, ਸ਼ਿੰਬੇ ਨੂੰ ਉਸਦੀ ਕਾਰ ਵਿੱਚ ਬੈਠਣ ਤੋਂ ਨਾ ਕਰਤੀ। ਸ਼ਾਇਦ ਉਹ ਸ਼ਿੰਬੇ ਨੇ ਲੇਖਕ ਦੇ ਵਾਪਸ ਆਉਣ ਦੀ ਤਰੀਕ ਸੁਣ ਲਈ ਸੀ ਅਤੇ ਜਿਸ ਸ਼ਾਮ ਲੇਖਕ ਨੇ ਪਰਤਣਾ ਸੀ ਉਸ ਤੋਂ ਇੱਕ ਸ਼ਾਮ ਪਹਿਲਾਂ ਸ਼ਿੰਬਾ ਪੈਦਲ ਚੱਲ ਕੇ ਸੁਜਾਨ ਸਿੰਘ ਪਾਰਕ ਪਹੁੰਚ ਗਿਆ ਅਤੇ ਦਰਵਾਜ਼ੇ 'ਤੇ ਪੈਰ ਮਾਰ ਕੇ ਆਪਣੀ ਆਮਦ ਨੂੰ ਦਰਸਾਉਣ ਲੱਗਿਆ। ਸੋ ਇਹ ਸੀ ਇਸ ਜਿਹੜੀ ਸਵੈ ਜੀਵਨੀ ਦਾ ਜਿਹੜਾ ਅੰਸ਼ ਸੀ, ਸਭ ਦਾ ਪਿਆਰਾ ਸ਼ਿੰਬਾ, ਉਸਦੇ ਕੁਸ਼ਚਨ ਆਨਸਰ। ਥੈਂਕਸ।